ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਪੰਜਾਬ 'ਚ ਇੱਥੇ ਵਾਪਰਿਆ ਭਿਆਨਖਾਸ ਸਾ ਹੋਇਆ ਮੋਤਾਂ ਦਾ ਟਾਂਡਵ ਛਾਇਆ ਸੋਗ ਆਈ ਵੱਡੀ ਤਾਜ਼ਾ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਨਾਲ ਹੀ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਆਇਆ ਤੁਸੀਂ ਇਹ ਤੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਨਿਯਮ ਬਣਾਏ ਜਾਂਦੇ ਹਨ ਉੱਥੇ ਆਏ ਦਿਨ ਸੜਕਾਂ ਹਾਸੇ ਵਿੱਚ ਵਾਅਦਾ ਹੁੰਦਾ ਜਾ ਰਿਹਾ ਹੈ ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਲਈ ਆਵਾਜਾਈ ਦੇ ਕਈ ਮਾਰਗਾਂ ਦਾ ਇਸਤੇਮਾਲ ਕਰਦਾ ਹੈ। ਇਹਨਾਂ ਵਿੱਚ ਸੜਕੀ ਮਾਰਗ, ਰੇਲਵੇ ਮਾਰਗ, ਸਮੁੰਦਰੀ ਮਾਰਗ ਤੇ ਹਵਾਈ ਮਾਰਗ ਮੁੱਖ ਹੁੰਦੇ ਹਨ। ਜੇਕਰ ਸਫ਼ਰ ਲੰਬਾ ਹੋਵੇ ਅਤੇ ਤੁਸੀਂ ਜਲਦੀ ਪਹੁੰਚਣਾ ਹੋਵੇ ਤਾਂ ਸੜਕ ਮਾਰਗ ਤੋਂ ਵਧੀਆ ਕੋਈ ਵੀ ਵਾਧਯਮ ਨਹੀਂ। ਸਰਚਾਰ ਵਿੱਚ ਸਮੇਂ ਵੱਖ-ਵੱਖ ਤਵਨਾਂ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਹੈ ਇਹਨਾਂ ਰਸਤਿਆਂ ਉੱਪਰ ਰੋਜ਼ਾਨਾ ਹੀ ਵੱਡੀ ਤਰ੍ਹਾਂ ਦੇ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਦੇ ਹਨ ਪਰ ਇਹਨਾਂ ਸਫ਼ਰਾਂ ਦੌਰਾਨ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ ਇਸ ਸਾਲ ਦੇ ਵਿੱਚ ਵੀ ਆ ਰਹੀਆਂ ਮੱਧ ਭਾਈਆਂ ਖਬਰਾਂ ਨੇ ਸੂਬੇ ਦਾ ਮਾਹੌਲ ਨੂੰ ਦੁਖਦਾਇਕ ਬਣਾ ਦਿੱਤਾ ਆਏ ਦਿਨ ਹੀ ਕੋਈ ਨਾ ਕੋਈ ਅਜੀਹੀ ਖਬਰ ਸਾਹਮਣੇ ਆ ਜਾਂਦੀ ਜੋ ਸਭ ਨੂੰ ਝੰਝੋੜ ਕੇ ਰੱਖ ਦਿੰਦੀ ਹੈ ਪੰਜਾਬ ਚ ਵਾਪਰਿਆ ਭੈਣ ਖਾਸਾ ਜਿਸ ਨਾਲ ਮੋਤ ਦਾ ਹੋਇਆ ਟਾਂਡਵ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਰਨਾ ਭੋਗਪੁਰ ਤੋਂ ਸਾਹਮਣੇ ਆਏ ਜਿੱਥੇ ਜੀਟੀ ਰੋਡ ਤੋਂ ਨਜ਼ਦੀਕ ਪੁਲਿਸ ਥਾਣਾ ਭੋਗਪੁਰ ਇੰਡੀਅਨ ਗੈਂਸ ਦੇ ਇੱਕ ਟੈਂਕਰ ਦੇ ਪਟਲਣ ਕਾਰਨ ਇਹ ਹਾਦਸਾ ਵਾਪਰਿਆ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਡੀਅਨ ਗੈਂਸ ਦਾ ਇੱਕ ਟੈਂਕਰ ਜੰਮੂ ਸਾਈਡ ਤੋਂ ਗੈਂਸ ਦੀ ਸਪਲਾਈ ਕਰ ਕੇ ਵਾਪਸ ਜ਼ਿਲੰਦਰ ਜਾ ਰਿਹਾ ਸੀ ਤਾਂ ਉਸ ਸਮੇਂ ਭੋਗਪੁਰ ਪਹੁੰਚਨ ਤੇ ਪੁਲ ਉੱਪਰ ਹੀ ਟੈਂਕਰ ਦਾ ਟਾਇਰ ਫਟ ਗਿਆ ਜਿਸ ਕਾਰਨ ਟੈਂਕਰ ਆਪਣਾ ਸੰਤੁਲਨ ਖੋ ਬੈਠਾ ਤੇ ਸੜਕ ਤੇ ਹੀ ਪਲਟ ਗਿਆ ਇਹ ਘਟਨਾ ਵਿੱਚ ਟੈਂਕਰ ਚਾਲਕ ਕਮਲ ਯਦਵ ਪੁੱਤਰ RAMBALI YADAV ਵਾਸੀ ISA PUR ਥਾਣਾ ਤਾਰ ਨੂੰ ਜ਼ਿਲ੍ਹਾ ਓਧਿਆ ਉੱਤਰ ਪ੍ਰਦੇਸ਼ ਦੀ ਮੌਤ ਹੋ ਗਈ ਪੁਲਿਸ ਵੱਲੋਂ ਮੋਕੇ ਦੇ ਮੁੰਡੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜਿਆ ਗਿਆ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ